ਇੱਥੇ ਤੁਸੀਂ ਬਿਆਨ ਦੇ ਦਿਓ, ਮੈਂ ਬਿਆਨ ਦੇਣ ਥੋੜ੍ਹੀ ਆਇਆ। ਵੀ ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀਗੀਆਂ, ਚਲੋ ਨਿਕੰਮੀਆਂ ਸੀਗੀਆਂ, ਜੇ ਉਹ ਨਿਕੰਮੀਆਂ ਸੀਗੀਆਂ ਤਾਂ ਹੀ ਤੁਸੀਂ ਮੁੱਖ ਮੰਤਰੀ ਬਣ ਗਏ ਹੋ। ਜੇ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਵਾ ਉਹਨਾਂ ਨੂੰ ਤੁਸੀਂ ਸਹੀ ਕਰਦੇ। ਬਾਈ ਜੀ, ਸਰਕਾਰ ਕਾਹਦਾ ਰੰਗਲਾ ਪੰਜਾਬ ਬਣਾਉਂਦਾ ਵਾ? ਰੰਗਲਾ ਪੰਜਾਬ ਨਹੀਂ, ਧੱਕਾ ਪੰਜਾਬ ਬਣਾ ਰਿਹਾ। ਇੱਕ ਟੀਟੂ ਬਾਣੀ ਤੂੰ ਭਗਵੰਤ ਮਾਨ ਕਿਉਂ ਡਰ? ਡਿਬੇਟ ਆ, ਅਸੀਂ ਪੰਜ ਚਾਰ ਸਵਾਲ ਅਸੀਂ ਪੁੱਛ ਲਾਂਗੇ, ਫਿਰ ਕੀ ਕਿੱਡੀ ਗੱਲ ਹੋ ਸਕੀ? ਗਰੀਬ ਦੀ ਕੁਰਸੀ ਨਹੀਂ ਲੱਗਦੀ ਹੁੰਦੀ। ਮੈਂ ਕਿਹਾ ਮੈਂ ਭਗਵੰਤ ਮਾਨ ਦਾ ਮੈਂ ਖਰਚਾ ਨਹੀਂ ਕਰਾਉਣਾ, ਇਸ ਕਰਕੇ ਮੈਂ ਆਇਆ। ਸੀ ਆਈ ਡੀ ਰਿਪੋਰਟ ਵੀ ਬਣੀ ਹੈ ਜੀ ਮੇਰੀ, ਕਿਤਾਬ ਅਤੇ ਸੀ ਆਈ ਡੀ ਵਾਲੇ ਨੂੰ ਵੀ ਸਾਰਾ ਕੁਝ ਪਤਾ ਵੀ ਟੀਟੂ ਬਾਣੀ ਜਾ ਰਿਹਾ ਵਾ। ਪਰ ਅੱਜ ਆ ਮੇਰੇ ਨਾਲ ਧੱਕਾ ਕਰ, ਅੱਜ ਆਈ ਹੈ ਜੀ ਪੁਲਿਸ ਪ੍ਰਸ਼ਾਸਨ ਅੰਦਰ ਨਹੀਂ ਜਾਣ ਦੇ ਰਹੇ, ਕਹਿੰਦੇ 8 ਨੰਬਰ ਗੇਟ ਤੋਂ ਜਾਓ, 8 ਨੰਬਰ ਵਾਲੇ ਕਹਿੰਦੇ 2 ਨੰਬਰ ਗੇਟ ਤੋਂ ਜਾਓ, ਅਸੀਂ ਕਿੱਧਰ ਨਹੀਂ ਜਾਈਏ? ਕੰਮ ਲੋਕਾਂ ਦੀ ਸਰਕਾਰ ਨਹੀਂ ਲੱਗ ਰਿਹਾ ਜੇ ਆਹੀ ਡਿਬੇਟ ਰੱਖਣੀ ਸੀ, ਫਿਰ ਡਿਬੇਟ ਤਾਂ ਰੋਜ਼ ਹੀ ਹੁੰਦੀ ਹੈ। ਸਾਨੂੰ ਕਹਿੰਦੇ ਡਿਬੇਟ ਡਿਬੇਟ ਕਰ, ਇੱਥੇ ਤੁਸੀਂ ਬਿਆਨ ਦੇ ਦਿਓ, ਮੈਂ ਬਿਆਨ ਦੇਣ ਥੋੜ੍ਹੀ ਆਇਆ। ਸਾਰੇ ਕੁਝ ਪੁੱਛਣਾ ਚਾਹੁੰਦਾ ਵਾ, ਪਾਣੀਆਂ ਦਾ ਮੁੱਦਾ ਵਖਰਾ, ਪਾਣੀਆਂ ਦਾ ਮੁੱਦਾ ਬਤਾ ਗੱਲ ਕਹਿੰਦਾ ਵਾ। ਵੀ ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀਗੀਆਂ, ਚਲੋ ਨਿਕੰਮੀਆਂ ਸੀਗੀਆਂ ਤੁਹਾਡੇ ਹਿਸਾਬ ਨਾਲ, ਜੇ ਉਹ ਨਿਕੰਮੀਆਂ ਸੀਗੀਆਂ ਤਾਂ ਹੀ ਤੁਸੀਂ ਮੁੱਖ ਮੰਤਰੀ ਬਣ ਗਏ ਹੋ, ਨਹੀਂ ਤਾਂ ਤੁਹਾਨੂੰ ਕਿਸੇ ਨੇ MLA ਨਹੀਂ ਬਣਾਉਣਾ ਸੀਗਾ। ਪਹਿਲਾਂ ਵੀ ਤੁਸੀਂ ਹਰੇ ਸੀਗੇ ਬੀਬੀ ਪਾਰਟੀ, ਅਤੇ ਵੀ ਹੁਣ ਜੇ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਵਾ ਉਹਨਾਂ ਨੂੰ ਤੁਸੀਂ ਸਹੀ ਕਰ ਦਿਓ ਉਹਨਾਂ ਨੂੰ ਕਰਾ। ਬਾਕੀ ਖਸਖਸ ਦੀ ਖੇਤੀ ਆ, ਕਿਉਂਕਿ ਨੌਜਵਾਨ ਪਹਿਲਾਂ ਮੁੰਡੇ ਨਸ਼ੇ ਪੱਤੇ ਕਰਦੇ ਸੀਗੇ, ਹੁਣ ਕੁੜੀਆਂ ਵੀ ਕਰਨ ਲੱਗੀਆਂ ਨਸ਼ੇ ਪੱਤੇ ਕਰਾ, ਰੋਜ਼ ਖਬਰਾਂ ਚੱਲਦੀਆਂ ਨੇ ਕਰਾ। ਅਤੇ ਬਾਕੀ ਆਪਣਾ ਬੁੱਢਾ ਨਾਲਾ, ਕਹਿੰਦੇ ਪਾਣੀ ਬਚਾਉਣਾ ਪਾਣੀ ਬਚਾਉਣਾ, ਉਹ ਪਾਣੀ ਬਚਾਓ, ਕਿਉਂਕਿ ਪਾਣੀ ਆਪਾਂ ਬਚਾਉਂਦੇ ਕਿਉਂ ਨਹੀਂ, ਕਿਉਂਕਿ ਬੁੱਢੇ ਨਾਲ ਦਾ ਪਾਣੀ ਸਾਰਾ ਚੰਗੇ ਪਾਣੀ ਵਿੱਚ ਮਿਲ ਰਿਹਾ ਵਾ। ਬਾਈ ਜੀ, ਸਰਕਾਰ ਕਾਹਦਾ ਰੰਗਲਾ ਪੰਜਾਬ ਬਣਾਉਂਦਾ ਵਾ? ਰੰਗਲਾ ਪੰਜਾਬ ਨਹੀਂ, ਧੱਕਾ ਪੰਜਾਬ ਬਣਾ ਰਿਹਾ, ਧੱਕਾ ਕਰ ਰਿਹਾ। ਦੇਖੋ ਜੀ, ਕਿਦਾਂ ਬੁਲਾ ਕੇ ਇੱਕ 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 ਟੀਟੂ ਬਾਣੀ ਤੂੰ ਭਗਵੰਤ ਮਾਨ ਕਿਉਂ ਡਰਦਾ? ਨਿੱਕੀ ਜੀ ਗੱਲ 'ਤੇ ਡਿਬੇਟ ਆ, ਅਸੀਂ ਪੰਜ ਚਾਰ ਸਵਾਲ ਅਸੀਂ ਪੁੱਛ ਲਾਂਗੇ, ਫਿਰ ਕੀ ਕਿੱਡੀ ਕੀ ਗੱਲ ਹੋ ਸਕੀ? ਉਹ ਬਾਈ ਜੀ, ਕਿਹੜੀ ਨੌਕਰੀ ਦਿੱਤੀ ਨੇ ਕਿਰਾ? ਬਸ ਬਸ ਬਸ, ਹਰੇਕ ਵਾਰੀ 36,000 ਦੇ ਬਿਆਨ ਆਉਂਦੇ ਜੀ, ਕੋਈ ਨੌਕਰੀ ਨਹੀਂ ਮਿਲੀ। ਮੈਂ ਤਾਂ ਇੱਥੇ ਹੀ ਜੀ, ਮੈਂ ਜਾਂਦਾ ਹੀ ਨਹੀਂ ਉਦੋਂ ਤੱਕ। ਕੁਰਸੀ ਕਿਉਂ ਨਾਲ ਲੈ ਕੇ ਆਇਓ? ਕੁਰਸੀ ਤਾਂ ਆਹੀ ਲੈ ਕੇ ਆਇਆ ਜੀ, ਕੁਰਸੀਆਂ ਜਿਹੜੀਆਂ ਹੈਗੀਆਂ ਨੇ ਉਹ ਨਹੀਂ ਸਾਡੀਆਂ ਲੱਗਣੀਆਂ ਕਿਰਾ, ਉਹ ਉਹਨਾਂ ਦੀਆਂ ਲੱਗਣੀਆਂ ਨੇ ਕਿਰਾ, ਜਿਨ੍ਹਾਂ ਨੇ ਪੰਜਾਬ ਨੂੰ ਖਰਾਬ ਕੀਤਾ ਵਾ। ਗਰੀਬ ਦੀ ਕੁਰਸੀ ਨਹੀਂ ਲੱਗਦੀ ਹੁੰਦੀ। ਮੈਂ ਕਿਹਾ ਮੈਂ ਭਗਵੰਤ ਮਾਨ ਦਾ ਮੈਂ ਖਰਚਾ ਨਹੀਂ ਕਰਾਉਣਾ, ਇਸ ਕਰਕੇ ਮੈਂ ਆਇਆ ਜੀ। ਹਾਂ, ਨਹੀਂ ਆਮ ਜਨਤਾ ਵਾਸਤੇ ਦੇਖੋ ਜੀ, ਮੈਂ ਬਿਆਨ ਪੜ੍ਹੇ ਸੀਗੇ ਕਿਰਾਂ, ਅਤੇ ਮੈਂ ਸੀ ਆਈ ਡੀ ਰਿਪੋਰਟ ਵੀ ਬਣੀ ਹੈ ਜੀ ਮੇਰੀ, ਕਿਤਾਬ ਅਤੇ ਸੀ ਆਈ ਡੀ ਵਾਲੇ ਨੂੰ ਵੀ ਸਾਰਾ ਕੁਝ ਪਤਾ ਵੀ ਟੀਟੂ ਪਾਣੀ ਜਾ ਰਿਹਾ ਵਾ। ਪਰ ਅੱਜ ਆ ਮੇਰੇ ਨਾਲ ਧੱਕਾ ਕਰੇ ਨੇ ਜੀ, ਅੱਜ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ। ਅੱਜ ਆਹੀ ਹੈ ਜੀ ਪੁਲਿਸ ਪ੍ਰਸ਼ਾਸਨ ਅੰਦਰ ਨਹੀਂ ਜਾਣ ਦੇ ਰਹੇ, ਕਹਿੰਦੇ 8 ਨੰਬਰ ਗੇਟ ਤੋਂ ਜਾਓ, 8 ਨੰਬਰ ਵਾਲੇ ਕਹਿੰਦੇ 2 ਨੰਬਰ ਗੇਟ ਤੋਂ ਜਾਓ, ਅਸੀਂ ਕਿੱਧਰ ਨਹੀਂ ਜਾਈਏ? ਆਮ ਲੋਕਾਂ ਦੀ ਸਰਕਾਰ ਲੱਗ ਰਿਹਾ, ਆਮ ਲੋਕਾਂ ਦੀ? ਨਹੀਂ ਜੀ ਨਹੀਂ, ਆਮ ਲੋਕਾਂ ਦੀ ਸਰਕਾਰ ਨਹੀਂ ਲੱਗ ਰਿਹਾ। ਜੇ ਆਹੀ ਡਿਬੇਟ ਰੱਖਣੀ ਸੀ ਫਿਰ ਡਿਬੇਟ ਤਾਂ ਰੋਜ਼ ਹੀ ਹੁੰਦੀ ਹੈ। ਜੇ ਆਹੀ ਧੱਕਾ ਮੁੱਕੀ ਕਰਨੀ ਸੀਗੀ, ਕਿਸੇ ਨੂੰ ਚੱਕਣਾ ਸੀਗਾ ਤੇ ਕਿਸੇ ਨੂੰ ਯਾਨੀ ਧੱਕੇ ਨਾਲ ਬਾਹਰ ਕੱਢਣਾ ਸੀਗਾ। ਅੰਦਰ ਅੰਦਰ ਜਾਣ ਦਿੱਤਾ ਜਾ ਰਿਹਾ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਹੋਣੇ ਆ, ਉਹੀ ਆ ਜੀ ਮੈਨੂੰ ਲੱਗਦਾ ਵਰਕਰ ਜਾ ਰਿਹਾ, ਤੇ ਜਾਂ ਜਿਹੜੇ ਇਹਨਾਂ ਦੇ ਮੁਤਾਬਕ ਬੋਲਣਗੇ ਕਿਹੜਾ, ਕਿਉਂਕਿ ਇਹਨਾਂ ਨੂੰ ਗੂੰਗੇ ਬੰਦੇ ਦੀ ਲੋੜ ਆ, ਟੀਟੂ ਬਾਣੀਆਂ ਬੋਲਣ ਵਾਲਾ ਵਾ।